ਨਗਰ ਨਿਗਮ ਹੁਸ਼ਿਆਰਪੁਰ ਵੱਲੋਂ ਨਵੀਂ ਖਰੀਦੀ ਸਿਵਰ ਜੈਟਿੰਗ ਕਮ ਸਖਸ਼ਮ ਮਸ਼ੀਨ ਅਤੇ ਦੋ ਮੋਬਾਈਲ ਟਾਇਲਟਾਂ ਨੂੰ ਹਰੀ ਝੰਡੀ ਵਿਖਾ ਕੇ ਕੈਬਨਟ ਮੰਤਰੀ ਬ੍ਰਹਮਸ਼ੰਕਰ ਜੇਂਪਾ ਨੇ ਜਨਤਾ ਨੂੰ ਸਮਰਪਿਤ ਕੀਤੀ ਇਸ ਮੌਕੇ ਤੇ ਮੇਅਰ ਸੁਰਿੰਦਰ ਕੁਮਾਰ ਡਿਪਟੀ ਕਮਿਸ਼ਨ ਕੋਮਲ ਮਿੱਤਲ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਲਤਾ ਸੈਣੀ ਤੋਂ ਇਲਾਵਾ ਵਕਫਾ ਗਵਾੜਾ ਦੇ ਐਮਸੀ ਅਤੇ ਨਿਗਮ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ ਇਸ ਮੌਕੇ ਤੇ ਮੰਤਰੀ ਚੇਪਾ ਨੇ ਕਿਹਾ ਕਿ ਹੁਸ਼ਾਰਪੁਰ ਸ਼ਹਿਰ ਨੂੰ ਖੂਬਸੂਰਤ ਅਤੇ ਵਿਕਸਿਤ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ ਨਾ ਕਿਹਾ ਕਿ ਸ਼ਹਿਰ ਦੀ ਬਿਹਤਰੀ ਲਈ ਰਾਜਨੀਤੀ ਅਤੇ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਕੰਮ ਕੀਤਾ ਜਾ ਰਿਹਾ ਹੈ 10 ਟੈਲੂਜ਼ ਲਈ ਜੋਤੀ ਕੰਕਰ ਦੀ ਰਿਪੋਰਟ ਬਹੁਤ ਹੀ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੀ ਰਹਿਮਾਈ ਦੇ ਵਿੱਚ ਜਿਹੜੇ ਵਿਕਾਸ ਪੱਖ ਨੂੰ ਲੈ ਕੇ ਸ਼ਹਿਰਾਂ ਚ ਪਿੰਡਾਂ ਚ ਅਲੱਗ-ਅਲੱਗ ਜੋਜਨਾਵਾਂ ਚੱਲ ਰਹੀਆਂ ਉਹਦੇ ਵਿੱਚ ਹੈ ਕਿ ਪਬਲਿਕ ਤੱਕ ਕਿੱਥੇ ਜੋ ਵੀ ਚੀਜ਼ ਪ੍ਰੋਵਾਈਡ ਹੈ ਲੋਕਾਂ ਨੂੰ ਕਰਵਾਈ ਜਾਵੇ ਉਸ ਸੰਬੰਧ ਹੁਸ਼ਿਆਰਪੁਰ ਕਾਰਪੋਰੇਸ਼ਨ ਨੇ ਆਪਣਾ ਉਪਰਾਲਾ ਕੀਤਾ ਹੈ ਔਰ ਜਿਹਦੇ ਵਿੱਚ ਆਪਾਂ ਕਹਿ ਸਕਦੇ ਹਾਂ ਸਾਨੂੰ ਬਹੁਤ ਚਿਰ ਤੋਂ ਜ਼ਰੂਰਤ ਸੀ ਇੱਕ ਪ੍ਰੈਸ਼ਰ ਵਾਲੀ ਸੀਵਰ ਖੋਲਣ ਵਾਲੀ ਲਾਈਨ ਗੱਡੀ ਦੀ ਸਾਡੇ ਕੋਲ ਪਹਿਲਾਂ ਵੀ ਸੀਗੀ ਲੇਕਿਨ ਉਹ ਖਰਾਬ ਪਈ ਸੀ ਔਰ ਉਹਦੇ ਰਿਪੇਅਰ ਦਾ ਬਹੁਤ ਜ਼ਿਆਦਾ ਖਰਚਾ ਸੀ ਇਸ ਸੰਬੰਧ ਵਿੱਚ ਤਕਰੀਬਨ 40 ਲੱਖ ਰੁਪਏ ਦੀ ਕੀਮਤ ਦੇ ਨਾਲ ਉਹ ਗੱਡੀ ਨਵੀਂ ਖਰੀਦੀ ਗਈ ਹੈ। ਔਰ ਉਹਦੇ ਨਾਲ-ਨਾਲ ਅਸੀਂ ਦੇਖਦੇ ਹਾਂ ਬਹੁਤ ਸਾਰੇ ਪਬਲਿਕ ਫੰਕਸ਼ਨ ਹੁੰਦੇ ਆ। ਇੱਥੇ ਟਾਇਲਟਸ ਬਹੁਤ ਜ਼ਰੂਰੀ ਹੁੰਦੇ ਆ। ਕਿਉਂਕਿ ਲੋਕ ਹਮੇਸ਼ਾ ਕੋਈ ਵੀ ਆਉ ਨੂੰ ਉਸ ਵੇਲੇ ਮੌਕੇ ਤੇ ਔਰ ਉਸ ਸੰਬੰਧ ਦੇ ਵਿੱਚ ਇਹਨੇ ਟਾਇਲਟਸ ਦੇ ਲੇਡੀਜ਼ ਲਈ ਔਰ ਜੈਂਟਸ ਲਈ ਤਕਰੀਬਨ ਦੋ ਸੈਕਸ਼ਨ ਅਲੱਗ-ਅਲੱਗ ਖਰੀਦੇ ਗਏ ਆ ਔਰ ਜਿੱਥੇ ਵੀ ਕੋ ਪਬਲਿਕ ਫੰਕਸ਼ਨ ਹੋਏਗਾ ਉੱਥੇ ਇਹਨਾਂ ਨੂੰ ਖੜਾ ਕੀਤਾ ਜਾਏਗਾ। ਤਾਂ ਕਿ ਸਾਫ ਸਫਾਈ ਦਾ ਪ੍ਰਬੰਧ ਜਿਹੜਾ ਹੈ ਔਰ ਲੋਕਾਂ ਨੂੰ ਵੀ ਉਹਦੇ ਵਿੱਚ ਕੋਈ ਖੱਡਲ ਖਰਾਬੀ ਨਾ ਹੋਵੇ ਕਿਸੇ ਬੰਦੇ ਨੇ ਟਾਇਲਟਸ ਜਾਣਾ ਕਿਸੇ ਯੂਰਿਨ ਕਰਨ ਜਾਣਾ ਸੋ ਬਹੁਤ ਅੱਛਾ ਉਪਰਾਲਾ ਹੈ ਕਾਰਪੋਰੇਸ਼ਨ ਦਾ ਔਰ ਸਮੇਂ-ਸਮੇਂ ਸਰ ਹੁਸ਼ਾਰਪੁਰ ਕਾਰਪੋਰੇਸ਼ਨ ਦੇ ਸਾਡੇ ਮੇਅਰ ਸੰਤ ਕੁਮਾਰ ਸਿੰਦਾ ਜੀ ਨਾਲ ਦੀ ਸਾਰੀ ਟੀਮ ਜਿਹੜੀ ਹੈ ਡਿਪਟੀ ਕਮਿਸ਼ਨਰ ਸਾਡੇ ਕੋਮਲ ਮਿੱਤਲ ਜੀ ਜਿਹੜੇ ਕਮਿਸ਼ਨਰ ਵੀ ਨਗਰ ਨਿਗਮ ਦੇ ਇਹ ਟੀਮ ਲਗਾਤਾਰ ਸ਼ਹਿਰ ਦੀ ਵਿਵਸਥਾ ਲਈ ਸ਼ਹਿਰ ਨੂੰ ਡਿਜ਼ਾਈਨ ਕਰਨ ਲਈ ਸ਼ਹਿਰ ਦੀ ਸਫਾਈ ਲਈ ਲਗਾਤਾਰ ਪ੍ਰਬੰਧ ਕਰ ਰਹੀ ਹੈ ਸਾਡੇ ਕੋ ਕੁਝ ਅਧਿਕਾਰੀਆਂ ਦੀ ਕਮੀ ਸੀ ਜਿਹਨੂੰ ਜਲਦ ਅਸੀਂ ਪੂਰਾ ਕਰਨ ਜਾ ਰਹੇ ਹਾਂ ਕਿਉਂਕਿ ਜੇ ਐਸਜੀਓ ਕੋ ਕੇ ਸਰਕਾਰ ਨੇ ਹੁਣ ਬਹੁਤ ساری ਪੱਤੀ ਨਵੀਂ ਕੀਤੀ ਹੈ ਵੱਡੀ ਮਿੱਧਰ ਗੱਲ ਸੀ ਸਰਕਾਰਾਂ ਨੇ ਕੋਈ ਪਿਛਲੇ ਤੁਸੀਂ 20 ਸਾਲ ਦੇ ਨਜ਼ਰ ਮਾਰ ਲਓ ਚਾਤੀ ਮਾਰੋ ਪੱਤੀ ਨਹੀਂ ਸੀ ਅਧਿਕਾਰੀ ਜੇ ਸਿਗੇ ਨਹੀਂ ਇੱਕ ਇੱਕ ਅਧਿਕਾਰੀ ਕੰਮ ਕਰ ਰਿਹਾ ਸੀ ਕਿੰਨਾ ਕੁ ਵਾਰਡਨ ਕਿਸ ਨੇ ਲੈ ਲੈਣਾ ਤੇ ਉਹਦੇ ਨਾਲ ਵੀ ਸਾਡਾ ਕਾਫੀ ਕੰਮ ਜਿਹੜਾ ਹੈ ਹੁਣ ਸਾਨੂੰ ਰਾਹਤ ਮਿਲ ਗਈ ਕਿਉਂਕਿ ਗਰਾਊਂਡ ਦੇ ਅਧਿਕਾਰੀ ਬਹੁਤ ਲੋੜੀਂਦੇ ਬਹੁਤ ਬਹੁਤ ਮੈਂ ਸਾਰੀ ਕਾਰਪੋਰੇਸ਼ਨ ਦੇ ਜਿੰਨੇ ਸਾਡੇ ਐ ਐਮਸੀ ਸਹਿਬਾਨ ਹੈ ਕੌਂਸਲਰ ਸਹਿਬਾਨ ਹੈ ਇਹਨਾਂ ਸਾਰਿਆਂ ਦਾ ਸਹਿਯੋਗ ਸਾਡੇ ਨਾਲ ਹੈ ਅਸੀਂ ਕਹਿੰਦੇ ਅਗਰ ਸ਼ਹਿਰ ਲਈ ਕੰਮ ਕਰਨਾ ਤਾਂ ਉਹ ਚ ਆਪੋਜੀਸ਼ਨ ਕਾਦੀ ਹੈ ਕਿਉਂ ਨਾ ਰਲ ਮਿਲ ਕੇ ਆਪਾਂ ਕੰਮ ਕਰੀਏ ਕਿਉਂਕਿ ਕੰਮ ਤਾਂ ਵਿਕਾਸ ਦੇ ਹੁਣੇ ਸ਼ਹਿਰ ਦੇ ਹੁਣੇ ਵਾਰਡਾਂ ਦੇ ਵਾਰਡ ਵੀ ਸਾਡੇ ਹੈ ਤੇ ਕੌਂਸਲਰ ਸਹਿਬਾਨ ਵੀ ਸਾਡੇ ਹੈ ਅਸੀਂ ਕਿਸੇ ਲਈ ਵੀ ਕੋਈ ਇਦਾਂ ਦੀ ਗੱਲ ਨਹੀਂ ਹੈ ਜਿਹੜਾ ਕੰਮ ਅਸੀਂ ਤਾਂ ਸਭ ਦਾ ਕੰਮ ਸਾਂਝਾ ਕੰਮ ਕਰਾ ਕੇ ਚਾਹਨੇ ਵੀ ਸ਼ਹਿਰ ਜਿਹੜਾ ਹੈ ਪੂਰਾ ਵਿਕਾਸ ਹੋ ਗਏ ਸਰ ਜੀ ਰਾਨੀ ਕੈਂਬਰੀ ਵੈਨ ਹੈ ਜੇ ਉਹਨੂੰ ਠੀਕ ਕਰਾ ਕੇ ਯੂਸਫਲ ਬਣਾਇਆ ਜਾਏਗਾ ਹਾਂ ਬਿਲਕੁਲ ਕਿਉਂਕਿ ਇਹਨਾਂ ਨੂੰ ਇੱਕ ਇਨਸਟਰਕਸ਼ਨ ਆ ਸਾਰੇ ਆਫੀਸਰਸបាន ਸਰਕਾਰ ਵੱਲੋਂ ਕਿਉਂਕਿ ਇਹ ਸਰਕਾਰ ਜਿਹੜੀ ਆ ਕੋਈ ਵੀ ਚੀਜ਼ ਜੋ ਚਾਹੁੰਦੀ ਪਬਲਿਕ ਦਾ ਇੱਕ ਇੱਕ ਪੈਸਾ ਜਿਹੜਾ ਹੈ ਨਾ ਉਹ ਚਾਹੇ ਖਜ਼ਾਨੇ 'ਚ ਜਾ ਕੇ ਦੁਆਰਾ ਲੱਗੇ ਆ ਸਰਕਾਰ ਦਾ ਇੱਕ ਮੰਤਵ ਹੈ ਤੁਸੀਂ ਦੇਖੋ ਮੁੱਖ ਮੰਤਰੀ ਜੀ ਦੀ ਜਿੰਨੀਆ ਵਿਅਕਤੀਤਵਾ ਹੋ ਤੁਸੀਂ ਪੜੋ ਉਹ ਹੀ ਉਹ ਹੀ ਕਹਿੰਦੇ ਆ ਕਿ ਲੋਕਾਂ ਦਾ ਪੈਸਾ ਲੋਕਾਂ ਦੇ ਖਜ਼ਾਨੇ 'ਚ ਲਾ ਕੇ ਲੋਕਾਂ ਦੇ ਉੱਤੇ ਲੱਗੇਗਾ ਇਸ ਕਰਕੇ ਵੀ ਜਿਹੜਾ ਪਹਿਲਾਂ ਵੀ ਪੈਸਾ ਲੱਗਾ ਲੋਕਾਂ ਦਾ ਪੈਸਾ ਲੱਗਾ ਹੈ ਉਨਰ ਉਹ ਉਹ ਕਹਿੰਦਾ ਨਾ तकरीबन ਦਾ 5 ਤੋਂ 6 ਲੱਖ ਰੁਪਏ ਦਾ ਬਜਟ ਦੱਸਿਆ ਤੇ ਉਹਦੇ ਵਿੱਚ ਪ੍ਰੋਪਰ ਕੰਮ ਕਰੇਗੀ ਇਹਨਾਂ ਨੇ ਕੰਪਨੀ ਨਾਲ ਐਗਰੀਮੈਂਟ ਕਰੂਗੇ ਵਕਾਦਾ ਜਿੰਨੇ ਪੈਸਾ ਖਰਚ ਕਰੂਗੇ ਉਹ ਉਹਨਾਂ ਨੂੰ ਗਾਰੰਟੀ ਦੇਊਗੇ ਸਾਲ ਦੀ ਦੇਣ 2 ਸਾਲ ਦੀ ਦੇਣ 1.5 ਸਾਲ ਦੀ ਦੇਣ ਜ਼ਰੂਰ ਦੇਊਗੇ ਡੋਰਾ ਸਾਹਿਬ ਤੁਸੀਂ ਬਹੁਤ ਅੱਛੀ ਗੱਲ ਕਹੀ ਔਰ ਬੜਾ ਅੱਛਾ ਕੁਐਸਚਨ ਹੈ ਸਭ ਤੋਂ ਇੰਪੋਰਟੈਂਟ ਮੈਂ ਬੜਾ ਚਰ ਹਾਊਸ ਦਾ ਮੈਂਬਰ ਰਿਆਂ ਔਰ ਮੈਂ ਹਮੇਸ਼ਾ ਇਹ ਅਰਜ਼ ਕੀਤੀ ਸੀ ਵੀ ਜਿੰਨੀਆਂ ਹੈਗੀਆਂ ਸਾਡੇ ਸੈਕਟਰ ਹਾਊਸ ਸ਼ਹਿਰ 'ਚ ਜਿਹੜੀਆਂ ਗ੍ਰੀਨ ਬੈਲਟਾਂ ਡਿਕਰੀ ਕੀਤੀਆਂ ਜਾਂ ਉਹ ਗ੍ਰੀਨ ਬੈਲਟਾਂ ਮੈਂ ਇਹਨਾਂ ਨੂੰ ਹੁਣ ਲਗਾਤਾਰ ਇਹਨਾਂ ਨੂੰ ਤੁਸੀਂ ਪੁੱਛ ਸਕਦੇ ਆ ਮੈਂ ਇਹਨਾਂ ਨੂੰ ਕਹਿਆ ਸੀ ਮੈਨੂੰ ਆਇਡੈਂਟੀਫਾਈ ਕਰਕੇ ਦਿਓ ਜਿਹੜੇ ਏਰੀਆ ਦੇ ਵਿੱਚ ਪੌਦੇ ਲਗਾਏ ਜਾ ਸਕਦੇ ਆ ਔਰ ਸਾਡੇ ਆਪਣੀ ਜਗ੍ਹਾ ਹੈ ਕਾਰਪੋਰੇਸ਼ਨ ਦੀ ਉੱਤੇ ਅਸੀਂ ਕੋਈ ਨਵੀਂ ਉਸਾਰੀ ਨਹੀਂ ਕਰਨੀ ਅਸੀਂ ਉੱਥੇ ਸਿਰਫ ਸਿਰਫ ਔਰ ਸਿਰਫ ਪੇੜ ਲਾਣੇ ਆ ਜਿੱਥੇ ਬਿਊਟੀਫਿਕੇਸ਼ਨ ਲਈ ਪੇੜ ਲੱਗਣੇ ਉਹ ਤਾਂ ਬਿਊਟੀ ਉਹ ਛੋਟੇ ਪੇੜ ਲਾ ਦਿਓ ਜਿੱਥੇ ਵੱਡੇ ਲੱਗ ਸਕਦੇ ਆ ਜਿਹੜੇ 24 ਘੰਟੇ ਸਾਨੂੰ ਆਕਸੀਜਨ ਵੀ ਦਿੰਦੇ ਆ ਔਰ ਹਵਾ ਵੀ ਦਿੰਦੇ ਆ ਉੱਥੇ ਉਹ ਲਗਾਏ ਜਾਣ ਇਹਦੇ ਲਈ ਬਕਾਇਦਾ ਇਹਨਾਂ ਕੋਈ ਇੱਕ ਯੋਜਨਾ ਬਣਵਾ ਕੇ ਇਹ ਮੈਨੂੰ ਆਇਡੈਂਟੀਫਾਈ ਕਰਕੇ ਦਊਗੇ ਕਿ ਕਿਹੜੀ ਰੋਡ ਦੇ ਉੱਤੇ ਕਿੰਨੇ ਅਸੀਂ ਬੂਟੇ ਲਾ ਸਕਦੇ ਆ ਕਿੰਨੇ ਵੱਡੇ ਲੱਗ ਸਕਦੇ ਆ ਕਿੰਨੇ ਛੋਟੇ ਲੱਗ ਸਕਦੇ ਆ ਇਹ ਬਹੁਤ ਮੈਂ ਤਾਂ ਬੜੇ ਲੰਬੇ ਅਰਸੇ ਤੋਂ ਇਹਦੇ ਲਈ ਲੜਾਈ ਲੜਦਾ ਰਿਆ ਹੁਣ ਮੌਕਾ ਹੈਗਾ ਇਹਨਾਂ ਸਾਰਿਆਂ ਦੇ ਸਹਿਯੋਗ ਨਾਲ ਕਾਰਪੋਰੇਸ਼ਨ ਦੇ ਸਦੋਨਾ ਅਫਸਰ ਸਹਿਬਾਨ ਦੇ ਸਹਿਯੋਗ ਨਾਲ ਡਿਪਟੀ ਕਮਿਸ਼ਨਰ ਸਾਹਿਬ ਦੇ ਸਹਿਯੋਗ ਨਾਲ ਅਸੀਂ ਸਾਰੇ ਨੇ ਚ ਵੀ ਕੰਮ ਲਾਵੋਗੇ ਔਰ ਸ਼ਹਿਰ ਦੇ ਵਿੱਚ ਮੈਂ ਕਹਿ ਸਕਦਾ ਸ਼ਹਿਰ ਦੇ ਅੰਦਰ ਹੀ ਅਸੀਂ ਤਕਰੀਬਨ 5-700 ਹਜ਼ਾਰ ਪੇੜ ਜਿਹੜਾ ਸ਼ਹਿਰ ਦੇ ਵਿੱਚ ਲਾਉਣ ਦੀ ਕੋਸ਼ਿਸ਼ ਕਰਾਂਗੇ ਆਇਡੈਂਟੀਫਾਈ ਕਰਾਂਗੇ ਜਗ੍ਹਾ Thank you, brother.